ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਵੀਰ ਜੀ ਜਿਹੜਾ ਤਿੰਨ ਗੁੱਠਾਂ ਵਾਲਾ ਸਾਈਨ ਬੋਰਡ ਹੁੰਦਾ ਜਿਹਦੇ ਵਿੱਚ ਕਾਂਟੇ ਦਾ ਨਿਸ਼ਾਨ ਹੁੰਦਾ ਆ ਉਹਦਾ ਕੀ ਮਤਲਬ ਹੁੰਦਾ ਆ ਆਈ ਹੋਪ ਵੀਰ ਜੀ ਤੁਸੀਂ ਆਹ ਵਾਲੇ ਸਾਈਨ ਬੋਰਡ ਦੀ ਗੱਲ ਕਰ ਰਹੇ ਹੋਗੇ ਜਿਹੜਾ ਮੇਰੇ ਪਿੱਛੇ ਦੇਖ ਰਹੇ ਹੋ ਇਹਦਾ ਮਤਲਬ ਹੁੰਦਾ ਆ ਕਿ ਇਸ ਤੋਂ ਅੱਗੇ ਜਿਹੜਾ ਆਉਣ ਵਾਲਾ ਚਰਾਹਾ ਹੋਵੇ ਜਾਂ ਕੋਈ ਰਸਤਾ ਆ ਕੇ ਜੁੜਦਾ ਹੋਵੇ ਉੱਥੇ ਜਿਹੜਾ ਕਾਨੂੰਨ ਚੱਲੇਗਾ ਰੈਸਟ ਫੋਰ ਲਿੰਕਸ ਵਾਲਾ ਯਾਨੀ ਕਿ ਜਿਹੜਾ ਸੱਜੋਂ ਆ ਰਿਹਾ ਹੋਵੇਗਾ ਇਹ ਸਾਡੇੋਂ ਉਹਦੀ ਪੈਲ ਹੋਵੇਗੀ ਠੀਕ ਆ ਜੀ ਉੱਥੇ ਸਿਰਫ ਇਸ ਤੋਂ ਇਹ ਜਿਹੜਾ ਸਾਈਨ ਬੋਰਡ ਤੋਂ ਅੱਗੇ ਆਉਣ ਵਾਲੇ ਚਰਾਹੇ ਜਾਂ ਆਉਣ ਵਾਲੇ ਜਿਹੜਾ ਰਸਤਾ ਜੁੜਦਾ ਹੋਵੇ ਸਿਰਫ ਉਸੇ ਤੇ ਹੀ ਠੀਕ ਹੈ ਜੀ ਪੂਰੀ ਸੜਕ ਉੱਤੇ ਨਹੀਂ ਠੀਕ ਹੈ ਜੀ ਤੇ ਜਿਵੇਂ ਆਹ ਸਾਈਨ ਬੋਰਡ ਆ ਟੋਟਲ ਹਾਲਟ ਫਬੋਤ ਵਾਲਾ ਪੁਰਾਣਾ ਸਾਈਨ ਬੋਰਡ ਆ ਵੈਸੇ ਤਾਂ ਨਵੇਂ ਸਾਈਨ ਬੋਰਡ ਆ ਆਪਾਂ ਸਾਰੇ ਭੈਣ ਭਾਂ ਦਾ ਜਾਣਦੇ ਆ ਗੋਲ ਹੁੰਦੇ ਆ ਉਹਦੇ ਉੱਪਰ ਥੱਲੇ ਸੱਜੇ ਖੱਬੇ ਨੂੰ ਤੀਰ ਦੇ ਨਿਸ਼ਾਨ ਹੋਣੇ ਸੀ ਉਹਦਾ ਮਤਲਬ ਹੋਣਾ ਸੀ ਕਿ ਆਪਾਂ ਸੜਕ ਦੇ ਦੋਵੇਂ ਕਿਨਾਰਿਆਂ ਤੇ ਗੱਡੀ ਨਹੀਂ ਖਿਲਾਰ ਸਕਦੇ ਪਰ ਇਹ ਪੁਰਾਣਾ ਸਾਈਨ ਬੋਰਡ ਆ ਇਹਦੇ ਥੱਲੇ ਉਹਨਾਂ ਨੇ ਨਾਲ ਲਿਖਿਆ ਹੋਇਆ ਹੈ ਕਿ ਆਫ ਬਾਈਡਨ ਸਾਈਟੈਂਸ ਦਸ ਵੇਗਸ ਠੀਕ ਹੈ ਜੀ ਸੋ ਇਦਾਂ ਦੇ ਸਾਈਨ ਬੋਰਡ ਵੀ ਹੁੰਦੇ ਆ ਬਾਕੀ ਜੇ ਕੋਈ ਹੋਰ ਵੀਰ ਭੈਣ ਭਰਾ ਚਾਹੁੰਦੇ ਨੇ ਕਿ ਆਪਾਂ ਜਿਹੜਾ ਸਾਈਨ ਬੋਰਡ ਉੱਪਰ ਜਿਹੜਾ ਵੀਡੀਓਜ਼ ਬਣਾਈਏ ਹੋਰ ਸਾਈਨ ਬੋਰਡ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਕਮੈਂਟ ਜਰੂਰ ਕਰਿਓ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਤੁਹਾਡੇ ਨਾਲ ਸਿੰਘਾਂ ਨੂੰ ਮੈਂ ਹੈੱਡ ਚੁੱਕ ਕੇ ਤੁਹਾਨੂੰ ਮਾਫੀ ਚਾਹੁੰਦਾ ਜੀ ਸਸਟ੍ਰੇਕਾਲ ਸਾਰਨ ਤੁਝੋਂ ਦੇ ਵਸਦੇ ਰਹੋ